ਸਸ਼ੀਗਲ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚਾਹੇ ਤੁਸੀਂ ਪੰਜਾਬ ਲੈਵਲ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਸਾਰੇ ਹੀ ਐਗਜ਼ਾਮ ਦੇ ਲਈ ਹਿਸਟਰੀ ਦੇ ਇੰਪੋਰਟੈਂਟ ਪ੍ਰਸ਼ਨ ਤੁਹਾਡੇ ਲਈ ਲੈ ਕੇ ਆਏ ਆ। ਹਿਸਟਰੀ ਦੇ ਜਿਹੜੇ ਮੋਸਟ ਐਕਸਪੈਕਟਿਡ ਨੇ ਤੁਹਾਡੇ ਪੇਪਰ ਦੇ ਵਿੱਚ ਆਉਣ ਦੇ ਚਾਂਸ ਬਹੁਤ ਜ਼ਿਆਦਾ ਨੇ। ETT ਸੈਕੰਡ ਐਗਜ਼ਾਮ ਹੋਵੇ, ਵਰ ਅਟੈਂਡੈਂਟ ਦਾ ਐਗਜ਼ਾਮ ਹੋਵੇ, SSP ਦਾ ਐਗਜ਼ਾਮ ਹੋਵੇ ਜਾਂ SSSP ਦਾ ਐਗਜ਼ਾਮ ਹੋਵੇ। PCS ਦਾ ਐਗਜ਼ਾਮ ਹੋਵੇ ਜਰੂਰ ਤੁਹਾਡੇ ਲਈ ਇੰਪੋਰਟੈਂਟ ਪ੍ਰਸ਼ਨ ਹੋਣਗੇ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਜਨ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜਰੂਰ ਕਰਿਓ ਹਿਸਟਰੀ ਦੇ ਇੰਪੋਰਟੈਂਟ ਪ੍ਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਪਹਿਲਾਂ ਵਾਲੀ ਜਨਰਲ ਨੋਲੇਜ ਦੀ ਵੀਡੀਓ ਜੀਕੇ ਦੇ ਪਾਰਟ 1 ਤੇ ਪਾਰਟ 2 ਨਹੀਂ ਦੇਖੀ ਤਾਂ ਜਰੂਰ ਜਾ ਕੇ ਦੇਖੋ ਲਿੰਕ ਡਿਸਕ੍ਰਿਪਸ਼ਨ ਦੇ ਨਾਲ-ਨਾਲ ਤੁਹਾਨੂੰ ਪਲੇਲਿਸਟ ਦੇ ਵਿੱਚ ਵੀ ਮਿਲੂਗੀ ਠੀਕ ਹੈ ਨਾਲ ਤੁਸੀਂ ਐਂਡ ਸਕ੍ਰੀਨ ਤੇ ਲੱਗਿਆ ਜਾਂ ਹੀ ਬਟਨ ਤੇ ਵੀ ਦੇਖ ਸਕਦੇ ਹੋ ਕਿਉਂਕਿ ਉਹ ਵੀਡੀਓ ਮੋਸਟ ਇੰਪੋਰਟੈਂਟ ਹੈ ਕਿ ਮੈਂ ਸਾਰੇ ਹੀ ਥੰਬਨੇਲ ਲਾਈ ਹੋਈ ਆ ਤੁਸੀਂ ਉਹਨਾਂ ਨੂੰ ਜਾ ਕੇ ਜਰੂਰ ਦੇਖੋ ਵਿਆਕਰਨ ਦੀਆਂ ਵੀਡੀਓਜ਼ ਵੀ ਅਪਲੋਡ ਕੀਤੀਆਂ ਹੋਈਆਂ ਨੇ ਉਹ ਵੀ ਜਾ ਕੇ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਸਾਰੇ ਹੀ ਇਗਜ਼ਾਮ ਦੀ ਤਿਆਰੀ ਆਪਾਂ ਇਸ ਚੈਨਲ ਤੇ ਕਰਵਾਉਂਦੇ ਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਸ਼ੁਰੂ ਕਰਦੇ ਆਂ ਹਿਸਟਰੀ ਦੇ ਪ੍ਰਸ਼ਨ ਉੱਤਰ ਇੰਪੋਰਟੈਂਟ ਡੈਸ਼ ਵਿੱਚ ਪਲਾਸੀ ਦੀ ਲੜਾਈ ਲੜੀ ਗਈ ਸੀ 1757 ਦੇ ਵਿੱਚ ਪਲਾਸੀ ਦੀ ਲੜਾਈ ਪੁੱਛੀ ਜਾਵੇ ਤੁਹਾਨੂੰ ਡੈਸ਼ ਦੇ ਵਿੱਚ ਲੜੀ ਗਈ ਸੀ ਜਦ ਪਲਾਸੀ ਜਿਹੜੇ ਕਦੋਂ ਲੜੀ ਗਈ ਸੀ ਹਿਸਟਰੀ ਦੀ ਇੰਪੋਰਟੈਂਟ ਲੜਾਈ ਆ ਇਤਿਹਾਸ ਦੀ ਸਥਾਨਾ số 57 ਦੇ ਵਿੱਚ ਅਗਲਾ ਪ੍ਰਸ਼ਨ ਪੋਰਸ ਦਾ ਪ੍ਰਵੇਸ਼ ਪ੍ਰਦੇਸ਼ ਕਿਸ ਨੇ ਸਿਕੰਦਰ ਨੂੰ ਸਖਤ ਵਿਰੋਧ ਦਿੱਤਾ ਸੀ ਨਦੀਆਂ ਦੇ ਵਿਚਕਾਰ ਸਥਿਤ ਸੀ ਕਿਹੜੀਆਂ ਨਦੀਆਂ ਦੇ ਵਿੱਚ ਸਥਿਤ ਸੀ ਜੇਲਮ ਅਤੇ ਚਨਾਵ ਇੱਕ ਵਾਰ ਪ੍ਰਸ਼ਨ ਦੁਆਰਾ ਸਾਹਮਣੇ ਆ ਪੋਰਸ ਦਾ ਜਿਹੜਾ ਪ੍ਰਦੇਸ਼ ਸੀਗਾ ਜੈਸ ਨੇ ਸਿਕੰਦਰ ਨੂੰ ਸਖਤ ਵਿਰੋਧ ਕੀਤਾ ਸੀ ਸਿਕੰਦਰ ਨੇ ਪੋਰਸ ਦਾ ਉਹ ਕੈਨਾ ਨਦੀਆਂ ਦੇ ਵਿਚਕਾਰ ਸੀ ਜੇਲਮ ਅਤੇ ਚਨਾਬ ਠੀਕ ਹੈ ਅਕਬਰ ਦੇ ਅਧੀਨ ਮੀਰ ਬਖਸ਼ੀ ਦੀ ਦੇਖਪਾਲ ਕਰਨੀ ਜ਼ਰੂਰੀ ਸੀ ਕਿਹੜੇ ਮਾਮਲੇ ਦੇ ਵਿੱਚ ਫੌਜੀ ਮਾਮਲੇ ਦੇ तैयारी या फिर से एक या दोबसिंग इंगलिशा दोनों भाषावान ढाई सौ तो ज्यादा वीडियो लैक्चर कोर्स की वैलिडिटी रहेगी एग्जाम तक ताकि इसका ता लुपत उठा पाओ एंड इस तो भी इलावा थोड़े को जनवरी तक कोर्स रहने वाला है कोर्स रहेगा प्री रिकॉर्डिड तम हो सके सेव ज्यादा ਡੈਮੋ ਲੈਕਚਰਸ ਦੇ ਲਈ ਤੁਸੀਂ ਜੋ ਹੈ ਸਾਡੇ ਐਸੇ ਆ ਵੀਡੀਓ ਦੀ ਡਿਸਕ੍ਰਿਪਸ਼ਨ ਨੂੰ ਚੈੱਕ ਕਰ ਸਕਦੇ ਹੋ ਟੈਟ ਬਜ਼ਰ ਦੀ ਐਪ ਨੂੰ ਇੰਸਟਾਲ ਕਰ ਸਕਦੇ ਹੋ ਡੈਮੋ ਲੈਕਚਰਸ ਨੂੰ ਚੈੱਕ ਕਰ ਸਕਦੇ ਹੋ ਬਿਲਕੁਲ ਫ੍ਰੀ ਆਫ ਕੋਸ ਹੈ ਐਂਡ ਉਸ ਤੋਂ ਵੀ ਜ਼ਿਆਦਾ ਫਰਦਰ ਅਪਡੇਟਸ ਲਈ ਤੁਸੀਂ ਜਾਂ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਵਟਸਐਪ ਤੇ ਵੀ ਮੈਸੇਜ ਤੇ ਗੱਲਬਾਤ ਕਰ ਸਕਦੇ ਹੋ ਥੈਂਕ ਯੂ ਗਾਇਜ਼ ਜਿਹੜੀ ਮੈਂ ਪ੍ਰਸ਼ਨ ਤੁਹਾਨੂੰ ਕਰਵਾ ਰਿਹਾ ਇਹ ਪ੍ਰਸ਼ਨ ਤੁਹਾਨੂੰ ਐਮਸੀਕਿਊਜ਼ ਰੂਪ ਦੇ ਵਿੱਚ ਵਨ ਲਾਈਨ ਦੇ ਵਿੱਚ ਜਾਂ ਫਿਰ ਤੁਹਾਨੂੰ ਬਲੈਂਕਸ ਦੇ ਵਿੱਚ ਆ ਸਕਦੇ ਨੇ ਠੀਕ ਹੈ ਤਾਂ ਹੀ ਇਹ ਪ੍ਰਸ਼ਨ ਥੋੜੇ ਅਟਕੜੇ ਜਿਹਾ ਲੱਗਣਗੇ ਤੁਹਾਨੂੰ ਵੀ ਅਕਬਰ ਦੇ ਅਧੀਨ ਮੀਰ ਬਖਸ਼ੀ ਦੀ ਦੇਖਪਾਲ ਕਰਨੀ ਜ਼ਰੂਰੀ ਸੀ ਵਾਏ ਫੌਜੀ ਮਾਮਲੇ ਦੇ ਵਿੱਚ ਤੁਹਾਨੂੰ ਇੱਥੇ ਬਲੈਂਕਸ ਵੀ ਆ ਸਕਦੀਆਂ ਐ ਐਮਸੀਕਿਊ ਵੀ ਆ ਸਕਦੇ ਤੇ ਵਨ ਲਾਈਨ ਕੁਐਸਚਨ ਵੀ ਆ ਸਕਦੇ ਨੇ ਕਿਉਂਕਿ ਇਗਜ਼ਾਮ ਦਾ ਪੈਟਰਨ ਚੇਂਜ ਹੁੰਦਾ ਰਹਿੰਦਾ ਕਿਸੇ ਤਰੀਕੇ ਨਾਲ ਵੀ ਆ ਸਕਦਾ ਇਸ ਕਰਕੇ ਤੁਸੀਂ ਆਨਸਰ ਯਾਦ ਰੱਖਣਾ ਬੁੱਧ ਧਰਮ ਤ੍ਰਿਏਕ ਦੀ ਨੁਮਾਇੰਦਗੀ ਨਹੀਂ ਕਰਦਾ ਨਿਰਵਾਣ ਨਿਰਵਾਣਾ ਦੀ ਨੁਮਾਇੰਦਗੀ ਨਹੀਂ ਕਰਦਾ ਬ੍ਰਿਟਿਸ਼ ਸਾਮਰਾਜਵਾਦ ਦੌਰਾਨ ਭਾਰਤ ਦੇ ਆਰਥਿਕ ਨਿਕਾਸੀ ਦੇ ਸਿਧਾਂਤ ਦਾ ਪ੍ਰਚਾਰ ਕਿਸ ਨੇ ਕੀਤਾ ਸੀ ਦਾਦਾ ਭਾਈ ਨਰੋਜੀ ਦਾਦਾ ਭਾਈ ਨਰੋਜੀ ਨੇ ਬ੍ਰਿਟਿਸ਼ ਸਾਮਰਾਜਵਾਦ ਦੌਰਾਨ ਭਾਰਤ ਦੇ ਆਰਥਿਕ ਨਿਕਾਸੀ ਦੇ ਸਿਧਾਂਤ ਦਾ ਪ੍ਰਚਾਰ ਕੀਤਾ ਸੀ ਟੀਰੂ ਸੁਲਤਾਨ ਵਿਚਾਰ ਸੋਰੀ ਇਥੇ ਟਿਰੂ ਇਥੇ ਟਿੱਪੂ ਸੁਲਤਾਨ ਹੋ ਕਿਉਂਕਿ ਇਹ ਕਨਵਰਟ ਕੀਤੇ ਹੋਇਆ ਤਾਂ ਥੋੜੀ ਜੀ ਮਿਸਟੇਕ ਹੋ ਜਾਂਦੀ ਹੈ ਟਿੱਪੂ ਸੁਲਤਾਨ ਅਤੇ ਵਿਚਕਾਰ ਸ਼੍ਰੀ ਰੰਗਪਟਨਾ ਦੀ ਸੰਧੀ ਤੇ ਸਤਾਕਰ ਹੋਏ ਕਾਰਨ ਵਾਇਲਸ ਇਹਦਾ ਰਾਈਟ ਆਨਸਰ ਕਾਰਨ ਵਾਇਲਸ ਆ ਠੀਕ ਹੈ ਸਿਵਲ ਸੇਵਾ ਲਈ ਮੁਕਾਬਲੇ ਲਈ ਪ੍ਰੀਖਿਆ ਦੀ ਪ੍ਰਣਾਲੀ ਨੂੰ ਸਾਲ ਵਿੱਚ ਸਿਧਾਂਤਕ ਤੌਰ ਤੇ ਸਵੀਕਾਰਿਆ ਗਿਆ ਸੀ ਇਹਦਾ ਰਾਈਟ ਆਨਸਰ ਆ 1800 ਤੋਂ 1853 ਦੇ ਵਿੱਚ ਸਿਵਲ ਸੇਵਾਵਾਂ ਦੇ ਮੁਕਾਬਲੇ ਦੇ ਲਈ ਪ੍ਰੀਖਿਆ ਦੀ ਪ੍ਰਣਾਲੀ ਨੂੰ ਡੈਸ਼ ਹਾਲ ਦੇ ਵਿੱਚ ਸਿਧਾਂਤਿਕ ਤੌਰ ਤੇ ਸਵੀਕਾਰਿਆ ਗਿਆ ਸੀ ਇਹਦਾ ਰਾਈਟ ਆਨਸਰ 1857 ਹੋਊਗਾ ਨਿਮਨਲਿਖਤ ਵਿੱਚੋਂ ਇੱਕ ਰਾਜਾ ਦਰਾ ਦਵਾਰਾ ਵਿਜੇਨਗਰ ਸਾਮਰਾਜ ਦੇ ਪਿੰਡਾਂ ਉੱਤੇ ਆਪਣਾ ਨਿਯੰਤਰਣ ਕਰ ਲਿਆ ਗਿਆ ਸੀ ਕਿੰਨਾਂ ਦੇ ਦੌਰਾਨ ਮਹਾਨ ਯੱਕਾ ਚਾਰਿਆ ਠੀਕ ਹੈ ਚਨਕਿਆ ਦੁਆਰਾ ਠੀਕ ਹੈ ਇਹ ਰਾਈਟ ਹੈ ਸਰ ਚਨਕਿਆ ਦੁਆਰਾ ਮਹਾਨ ਚਨਕਿਆ ਦੁਆਰਾ ਠੀਕ ਹੈ ਟਿੱਪੂ ਸੁਲਤਾਨ ਦੇ ਕੋਲ ਤੇ ਰਾਈਟ ਲਿਖਿਆ ਗਿਆ ਨਾ ਟਿੱਪੂ ਮੈਨੂੰ ਪਤਾ ਸੀ ਉੱਥੇ ਮਿਸਟੇਕ ਹੋਈ ਹੋਈ ਹੈ ਪੀਡੀਐਫ ਫਾਈਲ ਬਣਾਉਣ ਵਾਲਿਆਂ ਤੋਂ ਟਿੱਪੂ ਸੁਲਤਾਨ ਨੇ ਬ੍ਰਿਟਿਸ਼ ਸਾਮਰਾਜ ਨਾਲ ਲੜਦੇ ਹੋਏ ਬਹਾਦਰੀ ਦੀ ਪ੍ਰਾਪਤੀ ਕਦੋਂ ਕੀਤੀ 1799 ਦੇ ਵਿੱਚ ਹਿਸਟਰੀ ਦੇ ਵਿੱਚ ਤੁਹਾਡੇ ਕੋਲੇ ਕੀ ਆ ਜਾਂਦੀਆਂ ਤੁਹਾਡੇ ਕੋਲ ਥੋੜੀਆਂ ਜਿਹੀਆਂ ਇਸਵੀਆਂ ਯਾਦ ਕਰਨੀਆਂ ਔਖੀਆਂ ਹੋ ਜਾਂਦੀਆਂ ਕਿਉਂਕਿ ਲਗਭਗ 100 ਦੇ ਕਰੀਬ ਜੜੀਆਂ ਇਸਵੀਆਂ ਆ ਜਾਂਦੀਆਂ ਨੇ ਤੁਹਾਨੂੰ ਯਾਦ ਕਰਨੀਆਂ ਬਹੁਤ ਹੀ ਮੁਸ਼ਕਲ ਲੱਗਦੀਆਂ ਨੇ ਜੇਕਰ ਤੁਸੀਂ ਇਹਦੀ ਟ੍ਰਿਕ ਜਾਨਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਿਓ ਮੈਂ ਤੁਹਾਨੂੰ ਇਹਦੀ ਬਹੁਤ ਹੀ ਜ਼ਿਆਦਾ ਵਧੀਆ ਤੇ ਯਾਦ ਰੱਖਣ ਜੋਗ ਟਿੱਕ ਦੱਸੂਗਾ ਹਿਸਟਰੀ ਦੀ ਇਸਵੀਆਂ ਨੂੰ ਯਾਦ ਕਰਨ ਦੀ ਠੀਕ ਹੈ ਜਰੂਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਤਾਂ ਉਹ ਮੈਂ ਵੀਡੀਓ ਜ਼ਰੂਰ ਬਣਾ ਲਵਾਂਗਾ ਠੀਕ ਹੈ ਸਮਰਾਟ ਅਸ਼ੋਕਾ ਦੀ ਪਤਨੀ ਕਿਹੜੀ ਸੀ ਅਤੇ ਕਿਸ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ? ਇਹਦਾ ਰਾਈਟ ਆਨਸਰ ਕਰਵਾਕੀ 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 ਹੈ ਜਿਹੜੀ ਉਹ ਸਮਾਰਟ ਅਸ਼ੋਕਾ ਦੀ ਸਮਰਾਟ ਸੌਰੀ ਸਮਰਾਟ ਅਸ਼ੋਕਾ ਦੀ ਪਤਨੀ ਸੀਗੀ ਸਭ ਤੋਂ ਵੱਟ ਉਹਨੇ ਪ੍ਰਭਾਵਿਤ ਕੀਤਾ ਸੀ ਉਹਨੂੰ ਠੀਕ ਹੈ ਸਭ ਤੋਂ ਪੁਰਾਣਾ ਰਾਜਵਾਂਸ਼ ਕਿਹੜਾ ਹੈ? ਮੌਰੀਆ ਰਾਜਵੰਸ਼ ਜੇਕਰ ਤੁਹਾਨੂੰ ਜਿਹੜਾ ਈਟੀਟੀ ਸੈਕੰਡ ਐਗਜ਼ਾਮ ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਜਾਵੇ ਕਿ ਸਭ ਤੋਂ ਪੁਰਾਣਾ ਰਾਜਵੰਸ਼ ਕਿਹੜਾ ਹੈ ਤਾਂ ਇਹਦਾ ਰਾਈਟ ਆਨਸਰ ਮੌਰੀਆ ਰਾਜਵੰਸ਼ ਜਾਂ ਮੌਰੀਆ ਸਾਮਰਾਜ ਆਊਗਾ ਠੀਕ ਹੈ ਅਸ਼ੋਕ ਦੇ ਸ਼ਿਲਾ ਲੇਖਾਂ ਨੂੰ ਪੜਨ ਵਾਲਾ ਪਹਿਲਾ ਅੰਗਰੇਜ਼ ਕੌਣ ਸੀ ਜੇਮਸ ਪ੍ਰਿੰਸ ਐਪ ਪ੍ਰਿੰਸ ਐਪ ਜੇਮਸ ਪ੍ਰਿੰਸ ਐਪ ਨੇ ਜਿਹੜਾ ਅਸ਼ੋਕ ਦੁਆਰਾ ਸ਼ਿਲਾ ਲੇਖ ਬਣਾਏ ਗਏ ਸੀ ਉਨਨਾ ਇਤਿਹਾਸ ਲਿਖਿਆ ਗਿਆ ਸੀ ਉਸ ਸਮੇਂ ਕੀ ਕੀ ਬਤੀਤ ਹੁੰਦਾ ਸੀ ਇਹਦਾ ਰਾਈਟ ਆਨਸਰ ਜੇਮਸ ਪਿੰਸੇਆਪਾ ਮਹਾਵੀਰ ਨੇ ਜੈਨ ਸੰਗ ਕਿੱਥੇ ਸਥਾਪਿਤ ਕੀਤਾ ਸੀ ਪਾਵਾਪੁਰੀ ਵਿੱਚ ਜੈਨ ਸੰਗ ਮਹਾਵੀਰ ਜੈਨ ਨੇ ਜਿਹੜਾ ਜੈਨ ਧਰਮ ਦੀ ਸਥਾਪਨਾ ਕੀਤੀ ਸੀ ਜੈਨ ਸੰਗ ਕਿੱਥੇ ਸਥਾਪਿਤ ਕੀਤਾ ਸੀ ਪਾਵਾਪੁਰੀ ਦੇ ਵਿੱਚ ਕੈਸ ਵਿਦੇਸ਼ੀ ਰਾਜਦੂਤ ਨੇ ਆਪਣੇ ਆਪ ਨੂੰ ਭਾਗਵਤ ਐਲਾਨਿਆ ਹੈਲਿਓ ਡੋਰਸ ਹੈਲਿਓ ਡੋਰਸ ਨੇ ਵਿਦੇਸ਼ੀ ਰਾਜਦੂਤ ਜਿਹੜਾ ਜਾਨੀ ਕਿ ਮਨਿਸਟਰ ਦਾ ਉਹਨੇ ਆਪ ਨੂੰ ਆਪ ਨੂੰ ਭਾਗਵਤ ਐਲਾਨਿਆ ਸੀ ਕਿਹੜੀ ਤਾਤ ਦੀ ਵਰਤੋਂ ਵੈਦਿਕ ਕਾਰਪੇਟਸ ਦੁਆਰਾ ਕੀਤੀ ਗਈ ਕਾਪਰ ਇਸ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਨੈਕਸਟ ਪਾਰਟ ਲੈ ਕੇ ਆਵਾਂਗੇ ਹਿਸਟਰੀ ਦੇ ਇੰਪੋਰਟੈਂਟ ਪ੍ਰਸ਼ਨ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਅਗਲੀ ਵੀਡੀਓ ਦੇਖਣ ਲਈ ਇੰਤਜ਼ਾਰ ਕਰਿਓ ਧੰਨਵਾਦ